ਸਾਰਿਆਂ ਨੂੰ ਨਮਸਤੇ ਪਿਛਲੇ ਲੈਕਚਰ ਵਿੱਚ ਅਸੀਂ ਕੁਝ ਬੇਸਿਕ ਅਸੈਂਬਲੀ ਮੈਥਡ ਬਾਰੇ ਸਿੱਖਿਆ ਸੀ ਜੋ ਸੋਲਿਡ ਵਰਕਸ ਵਿੱਚ ਉਪਲਬਧ ਕੁਝ ਸਟੈਂਡਰਡ ਮੇਟਸ ਹਨ ਹੁਣ ਇਸ ਲੈਕਚਰ ਵਿੱਚ ਸੋਲਿਡ ਵਰਕਸ ਵਿੱਚ ਫੀਚਰਡ ਕੁਝ ਐਡਵਾਂਸ ਮੈਥਡ ਨੂੰ ਸਿੱਖਣ ਲਈ ਅੱਗੇ ਵਧਾਂਗੇ ਇਸ ਲਈ ਹੁਣ ਮੇਟ ਨੂੰ ਵੇਖੀਏ ਅਸੀਂ ਇੱਥੇ ਸਟੈਂਡਰਡ ਮੇਟ ਬਾਰੇ ਸਿੱਖਿਆ ਹੁਣ ਇੱਥੇ ਅਗਲੀਆਂ ਚੀਜ਼ਾਂ ਐਡਵਾਂਸ ਮੇਟ ਹਨ ਇਸ ਲਈ ਹੋਣ ਇਸ ਲੈਕਚਰ ਵਿੱਚ ਇੱਕ ਇੱਕ ਕਰਕੇ ਇਹਨਾਂ ਐਡਵਾਂਸਡ ਮੇਟ ਬਾਰੇ ਜਾਣਾਂਗੇ ਮੈਂ ਇੱਥੇ ਲੋਡ ਕੀਤੇ ਕੁਝ ਪਾਰਟ ਦੇਖੇ ਇੱਥੇ ਪਹਿਲਾ ਮੇਟ ਪ੍ਰੋਫਾਈਲ ਮੇਟ ਹੈ ਇਹ ਪ੍ਰੋਫਾਈਲ ਮੇਟ ਸਾਨੂੰ ਸੈਂਟਰ ਜੀਓਮੈਟ੍ਰਿਕ ਸੈਂਟਰ ਨੂੰ ਦੋ ਪ੍ਰੋਫਾਈਲਾਂ ਲਈ ਜਾਂ ਦੋ ਸਰਫੇਸ ਨੂੰ ਇੱਕ ਦੂਜੇ ਉੱਤੇ ਅਲਾਈਨ ਕਰਨ ਦੀ ਇਜਾਜ਼ਤ ਦਿੰਦਾ ਹੈ ਉਦਾਹਰਨ ਲਈ ਆਓ ਹੁਣ ਇਸ ਪਾਰਟਿਕੂਲਰ ਪ੍ਰੋਫਾਈਲ ਇਹ ਰੈਕਟੈਂਗੂਲਰ ਪ੍ਰੋਫਾਈਲ ਦੀ ਜਾਂਚ ਕਰੀਏ ਅਤੇ ਮੰਨ ਲਓ ਕਿ ਇਹ ਪ੍ਰੋਫਾਈਲ ਸੈਂਟਰ ਵਿੱਚ ਇਸ ਰੋਡ ਦਾ ਇੱਕ ਸਰਕਲ ਹੈ ਹੁਣ ਇਹ ਆਪਣੇ ਆਪ ਹੀ ਉਹਨਾਂ ਦੋਵਾਂ ਨੂੰ ਇੱਕ ਦੂਜੇ ਨਾਲ ਅਲਾਈਨ ਕਰ ਦਿੰਦਾ ਹੈ ਅਸੀਂ ਇਹਨਾਂ ਦੋਵਾਂ ਨੂੰ ਇੱਕ ਦੂਜੇ ਨਾਲ ਅਲਾਈਨ ਹੁੰਦੇ ਦੇਖ ਸਕਦੇ ਹਾਂ ਇੱਕ ਵਾਰ ਫਿਰ ਅਸੀਂ ਦੇਖ ਸਕਦੇ ਹਾਂ ਕਿ ਮੰਨ ਲਓ ਮੈਂ ਕਹਿੰਦਾ ਹਾਂ ਕਿ ਮੈਂ ਇਸ ਪਾਰਟਿਕੂਲਰ ਫੇਸ ਨੂੰ ਇਸ ਵੱਡੇ ਰੈਕਟੈਂਗਲ ਨੂੰ ਅਲਾਈਨ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਅਸੀਂ ਮੇਟ ਤੇ ਜਾਵਾਂਗੇ ਐਡਵਾਂਸਡ ਮੇਟਸ ਤੇ ਜਾਵਾਂਗੇ ਫਿਰ ਇਹ ਇੱਥੇ ਪ੍ਰੋਫਾਈਲ ਸੈਂਟਰ ਹੈ ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਇਹ ਪਲੇਟ ਅਲਾਈਨ ਹੋ ਰਹੀ ਹੈ ਇਸ ਫੇਸ ਦਾ ਪਲੇਟ ਸੈਂਟਰ ਇਸ ਵੱਡੇ ਨਾਲ ਅਲਾਈਨ ਹੋ ਰਿਹਾ ਹੈ ਇਸ ਲਈ ਅਸੀਂ ਇਸ ਨੂੰ ਫਲਿੱਪ ਕਰਨ ਲਈ ਇਸ ਨੂੰ ਇਨਵਰਟਡ ਦੇਖ ਸਕਦੇ ਹਾਂ ਸਾਡੇ ਕੋਲ ਇਸ ਅਲਾਈਨਮੈਂਟ ਨੂੰ ਇਨਵਰਟ ਕਰਨ ਲਈ ਇੱਥੇ ਅਲਾਈਨਮੈਂਟ ਵਿਕਲਪ ਹੈ ਇਹ ਐਂਟੀ ਅਲਾਈਨਡ ਹੈ ਅਸੀਂ ਇੱਥੇ ਇਸ ਨੂੰ ਸਹੀ ਤਰੀਕੇ ਨਾਲ ਅਲਾਈਨਡ ਦੇਖ ਸਕਦੇ ਹਾਂ ਤਾਂ ਇਹ ਇੱਥੇ ਪ੍ਰੋਫਾਈਲ ਸੈਂਟਰ ਹੈ ਤਾਂ ਅਗਲਾ ਜੋ ਸਾਡੇ ਕੋਲ ਇੱਥੇ ਹੈ ਸਿਮੈਟ੍ਰਿਕ ਮੇਟ ਸਿਮੈਟ੍ਰਿਕ ਮੇਟ ਸਾਨੂੰ 2 ਆਈਟਮ ਸਿਮੈਟਰੀ ਦੇ ਤੌਰ ਤੇ ਦੋ ਐਲੀਮੈਂਟ ਤੇ ਆਗਿਆ ਦਿੰਦਾ ਹੈ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਜੋੜ ਸਕਦੇ ਹਾਂ ਜਿਵੇਂ ਕਿ ਉਹ ਇੱਕ ਪਲੇਨ ਦੇ ਨਾਲ ਮਿਰਰ ਕੀਤੇ ਹੋਏ ਸਨ ਇਸ ਲਈ ਅਗਲਾ ਮੇਟ ਇਸ ਬਾਰੇ ਗੱਲ ਕਰੇਗਾ ਕਿ ਐਡਵਾਂਸ ਮੇਟ ਸਿਮੈਟ੍ਰਿਕ ਮੇਟ ਹੈ ਸਿਮੈਟ੍ਰਿਕ ਮੇਟ ਦੋ ਐਲੀਮੈਂਟ ਨੂੰ ਇੱਕ ਸੰਦਰਭ ਦੇ ਨਾਲ ਇੱਕ ਦੂਜੇ ਨਾਲ ਸਮਰੂਪੀ ਤੌਰ ਤੇ ਵਿਵਹਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਇਸ ਲਈ ਇੱਥੇ ਦੇਖਾਂਗੇ ਕਿ ਮੈਂ ਇਸ ਲਈ ਸਿਰਫ ਜੀਓਮੈਟਰੀ ਸੈਟਅਪ ਕਰਾਂਗਾ ਇਸ ਪ੍ਰੋਫਾਈਲ ਸੈਂਟਰ ਨੂੰ ਹਟਾ ਦੇਵਾਂਗਾ ਮੈਂ ਸੈਟਅਪ ਕਰਦਾ ਹਾਂ ਇੱਥੇ ਸਾਡੇ ਕੋਲ ਕੁਝ ਰੈਂਡਮ ਫਿਕਸ ਹਨ ਜਿਵੇਂ ਕਿ ਫਿਕਸਚਰ ਅਸੈਂਬਲੀ ਅਸੀਂ ਇੱਥੇ ਦੇਖ ਸਕਦੇ ਹਾਂ ਇਹ ਪਲੇਟ ਇਸ ਸ਼ੈਫਰਡ ਦੇ ਆਲੇ ਦੁਆਲੇ ਘੁੰਮ ਰਹੀ ਹੈ ਇਹ ਇਸ ਸ਼ੈਫਰਡ ਦੇ ਆਲੇ ਦੁਆਲੇ ਘੁੰਮ ਰਹੀ ਹੈ ਤਾਂ ਆਓ ਇਥੇ ਸਿਮੈਟ੍ਰਿਕ ਮੇਟ ਦੀ ਜਾਂਚ ਕਰੀਏ ਇਸ ਲਈ ਐਡਵਾਂਸਡ ਤੇ ਜਾਵਾਂਗੇ ਫਿਰ ਇਸ ਸਿਮੈਟ੍ਰਿਕ ਤੇ ਇਸ ਲਈ ਇਹ ਸਿਮੈਟ੍ਰਿਕ ਮੇਟ ਸਾਨੂੰ ਦੋ ਚੀਜ਼ਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ ਇਸ ਲਈ ਸਾਨੂੰ ਲੋੜ ਹੈ ਸਾਨੂੰ ਸਿਮੈਟਰੀ ਪਲੇਨ ਦੀ ਲੋੜ ਹੈ ਜਿਸ ਬਾਰੇ ਸਾਡੇ ਐਲੀਮੈਂਟ ਸਿਮੈਟ੍ਰਿਕ ਹੋਣੇ ਚਾਹੀਦੇ ਹਨ ਇਸ ਲਈ ਇਸ ਪਲੇਨ ਨੂੰ ਚੁਣਨ ਦਿਓ ਜਾਂ ਹੋ ਸਕਦਾ ਹੈ ਕਿ ਅਸੀਂ ਇਹਨਾਂ ਲੁਕੇ ਪਲੇਨਾਂ ਵਿੱਚੋਂ ਚੁਣ ਸਕਦੇ ਹਾਂ ਆਓ ਇਸ ਫਰੰਟ ਪਲੇਨ ਨੂੰ ਮਿਡਲ ਤੋਂ ਚੁਣੀਏ ਅਤੇ ਚੋਣ ਕਰਾਂਗੇ ਸਿਮੈਟ੍ਰਿਕ ਪਲੇਨ ਸਾਨੂੰ ਇੱਥੇ ਦੋ ਆਈਟਮਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ ਪਹਿਲਾਂ ਸਾਨੂੰ ਪਲੇਨ ਦੇ ਦੁਆਲੇ ਇੱਕ ਰੈਫਰੈਂਸ ਸੈੱਟ ਕਰਨਾ ਹੋਵੇਗਾ ਤਾਂ ਪਲੇਨ ਨੂੰ ਦੇਖਾਂਗੇ ਇਸ ਲਈ ਅਸੀਂ ਮੇਟ ਨੂੰ ਅੱਗੇ ਵਧਾਉਣ ਲਈ ਮੇਟ ਜਾਵਾਂਗੇ ਫਿਰ ਸਿਮੈਟ੍ਰਿਕ ਸਿਮੈਟ੍ਰਿਕ ਮੇਟ ਸਾਨੂੰ ਇੱਥੇ ਦੋ ਚੀਜ਼ਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ ਅਸੀਂ ਇੱਥੇ ਦੇਖ ਸਕਦੇ ਹਾਂ ਇਹ ਸਿਮੈਟ੍ਰਿਕ ਪਲੇਨ ਹੈ ਇਹ ਪਲੇਨ ਪ੍ਰੈਫਰੈਂਸ ਹੈ ਜੋ ਦੋ ਐਲੀਮੈਂਟ ਦੇ ਵਿਚਕਾਰ ਹੈ ਜਿਸ ਦੀ ਮੈਂ ਚੋਣ ਕਰਾਂਗਾ ਆਓ ਇੱਕ ਪਲੇਨ ਚੁਣੀਏ ਇਹ ਹੁਣੇ ਹੀ ਪਲੇਨ ਨੂੰ ਦੇਖਣ ਲਈ ਸਮਰੱਥ ਕਰੇਗਾ ਆਓ ਇਸ ਪਲੇਨ ਨੂੰ ਚੁਣੀਏ ਅਤੇ ਦੋ ਐਲੀਮੈਂਟ ਲਈ ਇਹ ਫੇਸ ਚੁਣਿਆ ਜਾਵੇਗਾ ਅਤੇ ਮੰਨ ਲਓ ਇਹ ਫੇਸ ਬਸ ওকে ਕਲਿਕ ਕਰੋ ਫਿਰ ਅਗਲਾ ਮੇਟ ਇੱਥੇ ਉਪਲਬਧ ਹੈ ਸਿਮੈਟ੍ਰਿਕ ਮੇਟ ਅਸੀ ਮੇਟ ਤੇ ਜਾਂਦੇ ਹਾਂ ਅਤੇ ਅਸੀਂ ਐਡਵਾਂਸਡ ਮੇਟ ਤੇ ਜਾਵਾਂਗੇ ਫਿਰ ਸਿਮੈਟ੍ਰਿਕ ਤੇ ਜਾਵਾਂਗੇ ਇਸ ਲਈ ਸਿਮੈਟ੍ਰਿਕ ਮੇਟ ਵਿੱਚ ਅਸੀਂ ਇੱਥੇ ਦੋ ਛੋਟੀਆਂ ਵਿੰਡੋਜ਼ ਦੇਖ ਸਕਦੇ ਹਾਂ ਇਸ ਲਈ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਸਿਮੈਟਰੀ ਪਲੇਨ ਦੇ ਰੈਫਰੈਂਸ ਨੂੰ ਚੁਣਨਾ ਹੈ ਇਹ ਦੋ ਆਈਟਮਾਂ ਲਈ ਰੈਫਰੈਂਸ ਹੋਵੇਗਾ ਜੋ ਮੈਂ ਇਸ ਰੈਫਰੈਂਸ ਦੇ ਪਲੇਨ ਲਈ ਚੁਣਾਂਗਾ ਇਸ ਪਲੇਨ ਨੂੰ ਚੁਣੋ ਅਤੇ ਦੋ ਆਈਟਮਾਂ ਚੁਣੋ ਜਿਨ੍ਹਾਂ ਨੂੰ ਅਸੀਂ ਸਿਮੈਟ੍ਰਿਕ ਦੇ ਬਾਰੇ ਬਣਾਉਣਾ ਚਾਹੁੰਦੇ ਹਾਂ ਜਿਵੇਂ ਕਿ ਅਤੇ ਤਾਂ ਮੈਂ ਓਕੇ ਕਲਿੱਕ ਕਰਦਾ ਹਾਂ ਹੁਣ ਅਸੀਂ ਇਸ ਪਾਰਟਿਕੂਲਰ ਫੇਸ ਨੂੰ ਦੇਖ ਸਕਦੇ ਹਾਂ ਅਤੇ ਇਹ ਫੇਸ ਇਸ ਰੈਫਰੈਂਸ ਦੇ ਪਲੇਨ ਦੇ ਦੁਆਲੇ ਸਿਮੈਟ੍ਰਿਕ ਹੈ ਇਸ ਲਈ ਜਿਵੇਂ ਅਸੀਂ ਉਹਨਾਂ ਵਿੱਚੋਂ ਘੁਮਾਉਂਦੇ ਹਾਂ ਦੂਸਰਾ ਦੂਜੇ ਦੇ ਦੁਆਲੇ ਸਿਮੈਟ੍ਰਿਕ ਰੂਪ ਵਿੱਚ ਵਿਵਹਾਰ ਕਰਦਾ ਹੈ ਅਸੀਂ ਵੇਰਵਿਆਂ ਨੂੰ ਦੁਬਾਰਾ ਦੇਖ ਸਕਦੇ ਹਾਂ ਰਾਈਟ ਕਲਿੱਕ ਕਰੋ ਇੱਥੇ ਐਡਿਟ ਕਰੋ ਜੇਕਰ ਤੁਸੀਂ ਆਈਡੈਂਟੀਟੀ ਅਲਾਈਨ ਕਰਨਾ ਚਾਹੁੰਦੇ ਹੋ ਤਾਂ ਅਸੀਂ ਇੱਥੇ ਕਲਿੱਕ ਕਰਦੇ ਹਾਂ ਅਤੇ ਦੁਬਾਰਾ ਕਿਉਂਕਿ ਇੱਥੇ ਉਪਲਬਧ ਅਗਲਾ ਮੇਟ ਹੈ ਵਿਡਥ ਮੇਟ ਇਸ ਲਈ ਪਹਿਲਾ ਵਾਲੇ सिमेट्रिक ਮੇਟ ਨੂੰ ਮਿਟਾਉਂਦੇ ਹਾਂ ਇੱਥੇ ਦੇਖਾਂਗੇ ਅਤੇ ਅਸੀਂ ਇਸ ਪਾਰਟਿਕੂਲਰ ਲੈਚ ਕਿਸਮ ਦੀ ਚੀਜ਼ ਨੂੰ ਦੇਖ ਸਕਦੇ ਹਾਂ ਉੱਥੇ ਕਿਸੇ ਵੀ ਵੈਬ ਤੇ ਚਲਣ ਯੋਗ ਹੈ ਅਤੇ ਇਹ ਹੁਣ ਤੱਕ ਫਿਕਸ ਨਹੀਂ ਹੈ ਇਸ ਲਈ ਮੰਨ ਲਓ ਕਿ ਅਸੀਂ ਇਸ ਸ਼ੈਫਰਡ ਦੇ ਕੇਂਦਰ ਵਿੱਚ ਇਹ ਲੈਚ ਰੱਖਣਾ ਚਾਹੁੰਦੇ ਹਾਂ ਇਸ ਨੂੰ ਰੱਖਣ ਲਈ ਸਾਡੇ ਕੋਲ ਮੇਟ ਐਡਵਾਂਸਡ ਮੇਟ ਹੈ ਜਿਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਐਡਵਾਂਸਡ ਮੇਟ ਵਿਡਥ ਵਿੱਚ ਜਾਣਾ ਚਾਹੀਦਾ ਹੈ ਇੱਥੇ ਦੁਬਾਰਾ ਸਾਡੇ ਕੋਲ ਦੋ ਛੋਟੀਆਂ ਵਿੰਡੋਜ਼ ਹਨ ਇਹ ਵਿਡਥ ਦੀ ਚੋਣ ਲਈ ਰੈਫਰੈਂਸ ਹੈ ਇਸ ਦੇ ਰੈਫਰੈਂਸ ਇੱਕ ਨੂੰ ਚੁਣਾਂਗੇ ਰੈਫਰੈਂਸ 2 ਅਤੇ ਆਈਟਮ ਜੋ ਕੇਂਦਰ ਵਿੱਚ ਹੋਣੀ ਚਾਹੀਦੀ ਹੈ ਇਸ ਨੂੰ ਇੱਕ ਅਤੇ ਇਹ ਕਹੋ ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਨੂੰ ਠੀਕ ਕਰ ਲੈਂਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕੀ ਇਹ ਕੇਂਦਰ ਵਿੱਚ ਫਿਕਸ ਹੈ ਅਤੇ ਇਹ ਇਸ ਪਲੇਨ ਅਤੇ ਇਸ ਖਾਸ ਪਲੇਨ ਦੇ ਮਿਡਲ ਵਿੱਚ ਹੈ ਇਸ ਲਈ ਇਹ ਵਿਡਥ ਮੇਟ ਹੈ ਇਸ ਦੇ ਨਾਲ ਲਾਈਨ ਵਿੱਚ ਅਸੀਂ ਬਾਕੀ ਦੇ ਐਡਵਾਂਸਡ ਮੇਟ ਬਾਰੇ ਗੱਲ ਕਰਾਂਗੇ ਇਸ ਦੂਰੀ ਦੇ ਮੇਟ ਨਾਲ ਜਾਂਚ ਕਰਾਂਗੇ ਇਸ ਨੂੰ ਡਿਸਟੈਂਸ ਲਿਮਿਟ ਕਿਹਾ ਜਾਂਦਾ ਹੈ ਅਤੇ ਇਸ ਨੂੰ ਐਂਗਲ ਲਿਮਿਟ ਕਿਹਾ ਜਾਂਦਾ ਹੈ ਇਸ ਨਾਲ ਜਾਂਚ ਕਰਾਂਗੇ ਸਭ ਤੋਂ ਪਹਿਲਾਂ ਆਓ ਇਸ ਵਿਡਥ ਮੇਟ ਨੂੰ ਮਿਟਾ ਦਈਏ ਜੋ ਸਾਡੇ ਕੋਲ ਹੈ ਅਸੀਂ ਮੇਟ ਅਤੇ ਇਸ ਡਿਸਟੈਂਸ ਲਿਮਿਟ ਤੇ ਜਾਵਾਂਗੇ ਇਸ ਲਈ ਹੁਣ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਹੈ ਕਿ ਇਹ ਸ਼ੈਫਟ ਦੇ ਨਾਲ ਚੱਲਣ ਯੋਗ ਹੈ ਅਤੇ ਇਸ ਦੀ ਕੋਈ ਲਿਮਿਟ ਨਹੀਂ ਹੈ ਇਸ ਲਈ ਇਸ ਲੈਚ ਤੇ ਲਿਮਿਟ ਸੈੱਟ ਕਰਨ ਲਈ ਅਸੀਂ ਇਸ ਤੇ ਕਲਿੱਕ ਕਰਾਂਗੇ ਅਤੇ ਇਹ ਸਾਨੂੰ ਮੈਕਸਿਮਮ ਲਿਮਿਟ ਦਿੰਦਾ ਹੈ ਅਤੇ ਇਸ ਦਾ ਦੂਜਾ ਇਹ ਮਿਨਿਮਮ ਵੈਲਿਊ ਹੈ ਇਸ ਲਈ ਫੇਸ ਨੂੰ ਚੁਣਨਾ ਹੋਵੇਗਾ ਇਸ ਨੂੰ ਮੰਨ ਲਓ ਇਹ ਫੇਸ ਅਤੇ ਉਹ ਫੇਸ ਇਸ ਲਈ ਅਸੀਂ ਇਹਨਾਂ ਦੋਨਾਂ ਵਿਚਕਾਰ ਵੱਧ ਤੋਂ ਵੱਧ ਦੂਰੀ ਅਤੇ ਇਹਨਾਂ ਦੋਨਾਂ ਵਿਚਕਾਰ ਘੱਟੋ ਘੱਟ ਦੂਰੀ ਚੁਣਾਂਗੇ ਤਾਂ ਮੈਂ 0.49 ਦੀ ਚੋਣ ਕਰ ਰਿਹਾ ਹਾਂ ਅਤੇ ਮੰਨ ਲਓ ਕਿ ए सिफ़र है ओके ते क्लिक करो इसलिए मैं इस फेस आते इस फेस दे लिमिट सैट की थी है तुम असी देख सकी मिनिमम लिमिट सिफ़र सी इसलिए ये इस जीरो वैल्यू तो अगे नहीं बध सकती मैक्सीम लिमिट सिफर दशमलव चार नौ सी इसलिए यह सिफर दशमलव चार नौ की मैक्सीम दूरी तक सैटअप हो गया है ਡਿਸਟੈਂਸ ਲਿਮਿਟ ਹੈ ਇਸੇ ਤਰ੍ਹਾਂ ਸਾਡੇ ਕੋਲ ਐਂਗਲ ਲਿਮਿਟ ਹੈ ਅਤੇ ਨਾਲ ਹੀ ਐਂਗਲ ਲਿਮਿਟ ਸੈੱਟ ਕਰਨ ਲਈ ਸਾਨੂੰ ਦੁਬਾਰਾ ਦੋ ਰੈਫਰੈਂਸ ਪਲੇਨ ਦੀ ਚੋਣ ਕਰਨੀ ਪਵੇਗੀ ਇਹ ਐਂਗਲ ਹੈ 80 ਚੁਣਾਂਗੇ ਮੰਨ ਲਓ ਇਹ ਪਲੇਨ ਅਤੇ ਇਹ ਪਲੇਨ ਮੈਂ ਇੱਕ ਵੈਲਿਊ ਸੈੱਟ ਕਰ ਰਿਹਾ ਹਾਂ ਇਸੇ ਤਰ੍ਹਾਂ ਸਾਡੇ ਕੋਲ ਡਿਸਟੈਂਸ ਲਿਮਿਟ ਦੇ ਸਮਾਨ ਹੈ ਸਾਡੇ ਕੋਲ ਇੱਥੇ ਐਂਗੂਲਰ ਲਿਮਿਟ ਹੈ ਇਸ ਲਈ ਐਡਵਾਂਸ ਮੇਟ ਤੇ ਜਾਵਾਂਗੇ ਅਸੀਂ ਇੱਥੇ ਐਂਗਲ ਲਿਮਿਟਸ ਦੇਖ ਸਕਦੇ ਹਾਂ ਇਸ ਲਈ ਡਿਸਟੈਂਸ ਲਿਮਿਟ ਦੇ ਅਨੁਸਾਰ ਅਸੀਂ ਦੁਬਾਰਾ ਦੋ ਚੋਣ ਕਰਨੀਆਂ ਹਨ ਆਓ ਇਹ ਪਲੇਨ ਚੁਣੀਏ ਅਤੇ ਇਹ ਪਲੇਨ ਇੱਕ मैक्सिमम वैल्यू ਅਤੇ ਇੱਕ ਮਿਨਿਮਮ ਵੈਲਿਊ ਦੀ ਚੋਣ ਕਰਾਂਗੇ ਆਓ ਅਸੀਂ ਇਸ ਨੂੰ 30 ਬਣਾਈਏ ਅਸੀਂ ਇਸ ਨੂੰ ਇਸ ਤਰ੍ਹਾਂ ਬਣਾਵਾਂਗੇ ਏ ਇਸ ਨੂੰ 180 ਬਣਾ ਦਿੰਦਾ ਹੈ ਅਸੀਂ ਇਸ ਨੂੰ 30 ਰੱਖਾਂਗੇ ਠੀਕ ਹੈ ਅਸੀਂ ਦੇਖ ਸਕਦੇ ਹਾਂ ਇਹ ਪੂਰੀ ਤਰ੍ਹਾਂ ਰੋਟੇਟ ਨਹੀਂ ਹੋ ਸਕਦਾ ਆਓ ਇਸ ਆਈਟਮ ਨੂੰ ਫਿਕਸ ਕਰੀਏ ਓਕੇ ਫਿਕਸ ਤੇ ਕਲਿਕ ਕਰੋ ਦੂਰੀ ਦੀ ਲਿਮਿਟ ਦੇ ਸਮਾਨ ਇੱਥੇ ਸਾਡੇ ਕੋਲ ਐਂਗੂਲਰ ਲਿਮਿਟ ਹੈ ਐਡਵਾਂਸਡ ਮੈਟਸ ਵਿੱਚ ਵੀ ਇਹ ਐਂਗੂਲਰ ਲਿਮਿਟ ਲਈ ਹੈ ਇਹ ਦੁਬਾਰਾ ਸਾਨੂੰ ਦੋ ਸੰਦਰਭ ਪਲੇਨ ਸੈੱਟ ਕਰਨ ਲਈ ਕਹਿਣ ਲਈ ਹੈ ਜਿਨ੍ਹਾਂ ਵਿੱਚਕਾਰ ਐਂਗਲ ਸੈੱਟ ਕੀਤੇ ਜਾਣੇ ਹਨ ਆਓ ਹੁਣੇ ਇਸ ਪਲੇਨ ਨੂੰ ਚੁਣੋ ਅਤੇ ਮੰਨ ਲਓ ਉੱਪਰ ਦਾ ਪਲੇਨ ਅਸੀਂ ਇੱਕ ਵੈਲਿਊ ਸੈੱਟ ਕਰਾਂਗੇ ਜੋ ਮੈਕਸਿਮਮ ਹੈ ਅਤੇ ਇੱਕ ਮਿਨਿਮਮ ਹੈ ਮੰਨ ਲਓਤੀ ਮਿਨਿਮਮ ਹੈ ਅਤੇ ਮੰਨ ਲਓ 180 ਮੈਕਸਿਮਮ ਵੈਲਿਊ ਹੈ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਸ ਐਂਗੂਲਰ ਡਾਇਰੈਕਸ਼ਨ ਵਿੱਚ ਇੱਕ ਰੁਕਾਵਟ ਮੋਸ਼ਨ ਦਿਖਾਉਂਦਾ ਹੈ ਇਸ ਲਈ ਇਹ ਲਿਮਿਟ ਸ ਐਂਗੂਲਰ ਲਿਮਿਟ ਦੁਆਰਾ ਐਡਵਾਂਸਡ ਮੈਟਸ ਵਿੱਚ ਸੈੱਟ ਕੀਤੀਆਂ ਜਾਂਦੀਆਂ ਹਨ ਇਸ ਲਈ ਇਹ ਐਂਗੂਲਰ ਲਿਮਿਟਡ ਸੀ ਇੱਥੇ ਉਪਲਬਧ ਹੋਰ ਮੈਟਸ ਐਡਵਾਂਸਡ ਮੇਟ ਵਿੱਚ ਪਾਥ ਮੈਟਸ ਅਤੇ ਲੀਨੀਅਰ ਕਪਲ ਹੈ ਅਸੀਂ ਕਿਸੇ ਹੋਰ ਜੀਓਮੈਟਰੀ ਵਿੱਚ ਦੇਖਾਂਗੇ ਬਸ ਇਸ ਨੂੰ ਜਿੱਤ ਲਵੋ ਐਡਵਾਂਸ ਮੇਟ ਵਿੱਚ ਉਪਲਬਧ ਦੂਜਾ ਮੇਟ ਪਾਥ ਮੇਟ ਲਈ ਪਾਥ ਮੇਟ ਹੈ ਜਿਸ ਨੂੰ ਅਸੀਂ ਦੇਖਾਂਗੇ ਅਤੇ ਇਹ ਜੀਓਮੈਟਰੀ ਕਿ ਇਸ ਗੇਂਦ ਨੂੰ ਇਸ ਕਰਵ ਸਲਾਈਡ ਵਿੱਚ ਜਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸੰਭਵ ਬਣਾਇਆ ਜਾ ਸਕੇ ਇਸ ਦੇ ਲਈ ਪਾਥ ਮੇਟ ਦੀ ਚੋਣ ਕਰਨੀ ਪਵੇਗੀ ਸਾਨੂੰ ਇਸ ਸਲਾਈਡ ਦੇ ਸੈਂਟਰ ਐਕਸਿਸ ਦੇ ਨਾਲ ਸਲਾਈਡ ਕਰਨ ਲਈ ਇਸ ਗੇਂਦ ਦੇ ਸੈਂਟਰ ਦੀ ਲੋਡ ਹੈ ਇਸ ਲਈ ਹੁਣ ਅਸੀਂ ਇਸ ਦੇ ਸੈਂਟਰ ਨੂੰ ਪਹਿਲਾਂ ਨਹੀਂ ਦੇਖ ਸਕਦੇ ਹਾਂ ਅਤੇ ਇਸ ਪਾਰਟਿਕੂਲਰ ਕਰਵ ਦੀ ਸੈਂਟਰ ਲਾਈਨ ਨੂੰ ਯੋਗ ਬਣਾਉਣ ਲਈ ਇਹ ਇਸ ਗੇਂਦ ਤੱਕ ਜਾਵੇਗਾ ਅਤੇ ਸਕੈਚ ਪਾਰਟ ਚੋੜ ਕਰੇਗਾ ਅਤੇ ਇਸ ਨੂੰ ਦਿਖਾਏਗਾ ਅਤੇ ਇਸੇ ਤਰ੍ਹਾਂ ਸਵੀਪ ਵਿੱਚ ਇਹ ਪਾਰਟਿਕੂਲਰ ਸਲਾਈਡ ਸਕੈਚ ਤੇ ਜਾਵੇਗੀ ਇਸ ਲਈ ਹੁਣ ਅਸੀਂ ਕਰ ਅਤੇ ਇਸ ਦਾ ਸੈਂਟਰ ਦੇਖ ਸਕਦੇ ਹਾਂ ਇਸ ਲਈ ਹੁਣ ਪਾਥਮੇਟ ਵਿੱਚ ਪਾਥਮੇਟ ਇਸ ਗੇਂਦ ਦਾ ਕੇਂਦਰ ਹੈ ਅਤੇ ਉਸ ਪਾਥ ਲਈ ਵਰਟੈਕਸ ਹੈ ਜਿਸ ਦੇ ਨਾਲ ਇਸਨੇ ਯਾਤਰਾ ਕਰਨੀ ਹੈ ਇਸ ਲਈ ਇੱਕ ਹੋ ਜਾਓ ਇਸ ਗੇਂਦ ਦੇ ਸੈਂਟਰ ਵੱਲ ਕੰਪੋਨੈਂਟ ਵਰਟੈਕਸ ਅਤੇ ਪਾਥ ਨੂੰ ਚੁਣਦੇ ਹਾਂ ਇਹ ਹੁਣ ਤੱਕ ਦਿਖਾਈ ਨਹੀਂ ਦੇ ਰਿਹਾ ਹੈ ਮੈਂ ਇੱਥੇ ਸਿਰਫ ਸਕੈਚ ਐਕਟੀਵੇਟ ਕਰਾਂਗਾ ਇਸ ਨੂੰ ਦਿਖਾਵਾਂਗਾ ਤਾਂ ਹੁਣ ਦੁਬਾਰਾ ਇਸ ਪਾਥ ਤੇ ਕਲਿੱਕ ਕਰਾਂਗੇ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਸ ਗੇਂਦ ਦਾ ਸੈਂਟਰ ਸਲਾਈਡ ਕਰਵਟ ਸਲਾਈਡ ਦੇ ਇਸ ਸਪਲਾਈ ਨਾਲ aligned ਹੈ ਐਸੀ ਲੁਕਾ ਸਕਦੇ ਹਾਂ ਕਿ ਸਕੈਚ ਮੈਂ ਦੇਖ ਸਕਦਾ ਹਾਂ ਕਿ ਗੇਂਦ ਦੇ ਸਰਵ ਸਲਾਈਡ ਵਿੱਚ ਫਿਟ ਹੈ ਇਹ ਦੇਖਣ ਲਈ ਆਓ ਇਸ ਨੂੰ ਟ੍ਰਾਂਸਪੇਰੈਂਟ ਕਰੀਏ ਮੈਂ ਇਸ ਪਰਿਵਰਤਨ ਪਾਰਦਰਸ਼ਤਾ ਤੇ ਰਾਈਟ ਕਲਿੱਕ ਕਰਾਂਗਾ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਗੇਂਦ ਇਸ ਵਿੱਚ ਜਾ ਸਕਦੀ ਹੈ ਹਾਲਾਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੈਂ ਇਸ ਗੇਂਦ ਨੂੰ ਪਹਿਲਾਂ ਅਤੇ ਫਿਰ ਇਸ ਪਲੇਨ ਲਈ ਇੰਪੋਰਟ ਕੀਤਾ ਹੈ ਇਸ ਲਈ ਇਹ ਪਹਿਲਾਂ ਹੀ ਫਿਕਸ ਹੈ ਇਸ ਲਈ ਆਓ ਇਸ ਨੂੰ ਫਲੋਟਿੰਗ ਕਰੀਏ ਅਤੇ ਇਸ ਨੂੰ ਫਿਕਸਡ ਕਰੀਏ ਤਾਂ ਹੁਣ ਅਸੀਂ ਦੇਖ ਸਕਦੇ ਹਾਂ ਕਿ ਇਹ ਗੇਂਦ ਇਸ ਸਲਾਈਡ ਵਿੱਚ ਜਾ ਸਕਦੀ ਹੈ ਤਾਂ ਇਹ ਪਾਥ ਮੇਟ ਦੀ ਵਰਤੋਂ ਕਰਕੇ ਸੰਭਵ ਹੋ ਸਕਿਆ ਚਲੋ ਹੁਣੇ-ਹੁਣੇ ਉਪਲਬਧ ਅਗਲਾ ਐਡਵਾਂਸਮੈਂਟ ਵੇਖੀਏ ਜੋ ਕਿ ਲੀਨੀਅਰ ਕਪਲਰ ਹੈ ਅਸੀਂ ਜਾਂਚ ਕਰਾਂਗੇ ਕਿ ਕਿਸੇ ਹੋਰ ਜਿਓਮੈਟਰੀ ਤੇ ਅਸੀਂ ਇਸ ਨੂੰ ਲੋਡ ਕਰਦੇ ਹਾਂ ਅਤੇ ਇਸ ਨੂੰ ਮਿਟਾਉਂਦੇ ਹਾਂ ਅਸੀਂ ਲੀਨੀਅਰ ਕਪਲਰ ਲੇ ਕੰਪੋਨੈਂਟ ਇਨਸਰਟ ਕਰਨ ਲਈ ਜਾਵਾਂਗੇ ਜੋ ਮੈਂ ਲੋਡ ਕਰ ਰਿਹਾ ਹਾਂ ਇੱਥੇ ਸਾਡੇ ਕੋਲ ਕੁਝ ਵੀਲ ਅਤੇ ਕੁਝ ਰੇਲ ਟਰੈਕ ਹਾਂ ਇੱਥੇ ਇਸ ਲਈ ਲੀਨੀਅਰ ਕਪਲਰ ਦੋ ਚੀਜ਼ਾਂ ਦੇ ਵਿਚਕਾਰ ਇੱਕ ਲੀਨੀਅਰ ਫੈਸ਼ਨ ਵਿੱਚ ਜੋੜਨ ਦੀ ਆ ਗਿਆ ਦਿੰਦਾ ਹੈ ਅਸੀਂ ਜਾਂਚ ਕਰਾਂਗੇ ਕਿ ਆਓ ਅਸੀਂ ਇਹਨਾਂ ਨੂੰ ਇੱਕ ਦੂਜੇ ਉੱਤੇ ਟੈਂਜੈਂਟ ਬਣਾਈਏ ਅਸੀਂ ਕੰਪੋਨੈਂਟ ਨੂੰ ਇਨਸਰਟ ਕਰਨ ਜਾਵਾਂਗੇ ਕੁਝ ਪਾਰਟਸ ਦੀ ਚੋਣ ਕਰੋ ਮੇਰੇ ਕੋਲ ਇੱਥੇ ਕੁਝ ਪਾਰਟਸ ਹਨ ਜੋ ਵੀਲ ਅਤੇ ਟ੍ਰੈਕ ਹੈ ਅਤੇ ਵੀਲ ਟੌਪ ਇਸ ਨੂੰ ਠੀਕ ਕਰ ਦੇਵੇਗਾ ਇਸ ਨੂੰ ਟਾਪ ਤੋਂ ਇਸ ਵੀਲ ਨੂੰ ਫਿਕਸ ਕਰੋ ਆਓ ਅਸੀਂ ਇਸ ਨੂੰ ਬਣਾਵਾਂਗੇ ਮੈਂ ਇਸ ਨੂੰ ਟੈਂਜੈਂਟ ਬਣਾਵਾਂਗਾ ਇੱਥੇ ਸਾਡੇ ਕੋਲ ਇਹ ਤਰ੍ਹਾਂ ਕਾਤੇ ਇਹ ਵੀ ਹੈ ਇਸ ਲਈ ਮੈਨੂੰ ਇਸ ਨੂੰ ਦਰਸਾਉਣ ਲਈ ਇੱਕ ਹੋਰ ਪਹੀਏ ਦੀ ਲੋੜ ਹੈ ਇਹ ਲੀਨੀਅਰ ਕਪਲਰ ਇਸ ਦੂਜੇ ਵੀਲ ਨਾਲ ਇੱਕੋ ਚੀਜ਼ ਦੀ ਇਜਾਜ਼ਤ ਦਿੰਦਾ ਹੈ ਹੋਣੇ ਇੱਥੇ ਸਾਡੇ ਕੋਲ ਦੋ ਵੀ ਉਪਲਬਧ ਹਨ ਆਓ ਇਹਨਾਂ 휠 ਨੂੰ ਇਸ ਰੇਲ ਟ੍ਰੈਕ ਨਾਲ ਅਲਾਈਨ ਕਰੀਏ ਅਤੇ ਇਸ ਨੂੰ ਮੇਟ ਬਣਾਓ ਇਸ ਲਈ ਹੁਣ ਅਸੀਂ ਕੰਪੋਨੈਂਟਸ ਇਨਸਰਟ ਲਈ ਜਾਂਦੇ ਹਾਂ ਅਸੀਂ ਇੱਥੇ ਕੁਝ ਹਿੱਸੇ ਲੋਡ ਕਰਦੇ ਹਾਂ ਇੱਥੇ ਸਾਡੇ ਕੋਲ ਰੇਲ ਟਰੈਕ ਇੱਕ ਵੀਲ ਅਤੇ ਇੱਕ ਵੀਲ ਹੋਲਡਰ ਹੈ ਇਸ ਲਈ ਸਾਨੂੰ ਪ੍ਰਦਰਸ਼ਿਤ ਕਰਨ ਲਈ ਦੋ ਵੀਲ ਦੀ ਲੋੜ ਹੈ ਇਹ ਲੀਨੀਅਰ ਕਪਲਰ ਇੱਕ ਕਾਪੀ ਬਣਾਏਗਾ ਬਸ ਇਹ ਨਾਵਿਲਸ ਨੂੰ ਸੈੱਟ ਕਰੋ ਅਤੇ ਇਸ ਵੀਲ ਨੂੰ ਇਸ ਰੇਲ ਟਰੈਕ ਨਾਲ ਅਲਾਈਨ ਕਰੋ ਇੱਕ ਵਾਰ ਫਿਰ ਇਸ ਵੀਲ ਨੂੰ ਇਸ ਟ੍ਰੈਗ ਦੇ ਮੱਧ ਵਿੱਚ ਰੱਖਣ ਲਈ ਅਸੀਂ ਚੌੜਾਈ ਵਾਲੇ ਮੇਡ ਦੀ ਵਰਤੋਂ ਕਰ ਸਕਦੇ ਹਾਂ ਜੋ ਕਿ ਹੈ ਰੈਫਰੈਂਸ 1 ਰੈਫਰੈਂਸ 2 ਅਤੇ ਆਈਟਮ जिसनु केंद्रित करना है इत्थे है आओ असी बस ਹੈਡ ਨੂੰ ਵਾਇਰਲਸ ਉੱਤੇ ਰੱਖ ਦੇਈਏ ਅਸੀਂ ਜਾਵਾਂਗੇ ਹੋਣੇ ਇਸ ਇਨਸਰਟ ਕੰਪੋਨੈਂਟ ਤੇ ਜਾਵਾਂਗੇ ਸਿਰਫ ਕੁਝ ਪਾਰਟ ਇਨਸਰਟ ਕਰਾਂਗੇ ਇਹ ਲਓ ਇੱਥੇ ਇੱਕ ਵੀਲ ਇੱਕ ਵੀਲ ਕਨੈਕਟਰ ਹੋਵੇਗਾ ਆਓ ਅਸੀਂ ਸਿਰਫ ਕੰਪੋਨੈਂਟ ਇਨਸਰਟ ਕਰ ਦਈਏ ਟ੍ਰੇਨ ਟ੍ਰੈਕਾ ਤੇ ਵੀਲ ਕਨੈਕਟਰ ਲਵਾਂਗੇ ਸਾਡੇ ਕੋਲ ਇੱਥੇ ਦੋ ਚੀਜ਼ਾਂ ਹਨ ਸਾਨੂੰ ਇਸ ਲੀਨੀਅਰ ਕਪਲਰ ਨੂੰ ਪ੍ਰਦਰਸ਼ਿਤ ਕਰਨ ਲਈ ਦੋ ਵੱਖ-ਵੱਖ ਆਈਟਮਾਂ ਦੀ ਲੋੜ ਹੈ ਇਹਨਾਂ ਦੋ ਰੇਲ 트랙 ਵਿੱਚ ਅਲਾਈਨ ਕਰੋ ਇਸ ਲਈ ਇੱਥੇ ਸਾਡੇ ਕੋਲ ਇਹ ਸਲਾਈਡਰ ਕਿਸਮ ਦੀ ਚੀਜ਼ ਹੈ ਇਸ ਲਈ ਇਹ ਦੋਵੇਂ ਇੱਕ ਦੂਜੇ ਤੋਂ ਸੁਤੰਤਰ ਹਨ ਇਸ ਲਈ ਹੁਣ ਇਸ ਲੀਨੀਅਰ ਕਪਲਰ ਦੀ ਜਾਂਚ ਕਰਾਂਗੇ ਅਸੀਂ ਮੇਟ 2 ਐਡਵਾਂਸਡ ਮੇਟ ਵੱਲ ਜਾਵਾਂਗੇ ਅਤੇ ਫਿਰ ਇੱਥੇ ਸਾਡੇ ਕੋਲ ਲੀਨੀਅਰ ਕਪਲਰ ਹੈ ਇਹ ਸਾਨੂੰ ਦੋ ਪਾਰਟਿਕੂਲਰ ਐਲੀਮੈਂਟਸ ਦੀ ਚੋਣ ਕਰਨ ਲਈ ਕਹਿੰਦਾ ਹੈ ਆਓ ਇਸ ਫੇਸ ਅਤੇ ਇਸ ਫੇਸ ਨੂੰ ਚੁਣਦੇ ਹਾਂ ਅਤੇ ਇਹਨਾਂ ਦੋਨਾਂ ਵਿਚਕਾਰ ਇੱਕ ਅਨੁਪਾਤ ਸੈੱਟ ਕਰਾਂਗੇ ਚਲੋ ਇਹ ਚੁਣੀਏ ਅਤੇ ਇਹਨਾਂ ਦੋਹਾਂ ਨੂੰ ਚੁਣੀਏ ਅਸੀਂ ਓਕੇ ਤੇ ਕਲਿੱਕ ਕਰਾਂਗੇ ਅਤੇ ਜਿਵੇਂ ਹੀ ਅਸੀਂ ਇਸ ਆਈਟਮ ਨੂੰ ਇੱਕ ਡਾਇਰੈਕਸ਼ਨ ਵਿੱਚ ਫੇਜਦੇ ਹਾਂ ਦੂਸਰਾ ਆਪਣੇ ਆਪ ਉਸ ਨਾਲ ਜੁੜ ਜਾਂਦਾ ਹੈ ਅਤੇ ਨਿਰਤਾਰਤ ਅਨੁਪਾਤ ਵਿੱਚ ਅੱਗੇ ਵਧਦਾ ਹੈ ਆਓ ਅਨੁਪਾਤ ਨੂੰ ਚੇਂਜ ਕਰੀਏ ਅਤੇ ਜਾਂਚ ਕਰੀਏ ਕਿ ਅਸੀਂ ਫੀਚਰ ਨੂੰ ਐਡਿਟ ਕਰਾਂਗੇ ਮੈਂ ਇਸ ਨੂੰ 1.5 ਕਹਾंगा ਹੁਣ ਅਸੀਂ ਦੇਖ ਸਕਦੇ ਹਾਂ ਅਗਲਾ ਐਕਚੂਏਟ ਕਰਦਾ ਹੈ ਅਤੇ ਅਨੁਪਾਤ 1:2 1.5 ਹੈ ਇਸ ਲਈ ਇਹ ਲੀਨੀਅਰ ਕਪਲਰ ਹੈ ਇਸ ਲਈ ਇਥੇ ਅਸੀਂ ਇਸ ਐਡਵਾਂਸਡ ਮੇਟਸ ਨੂੰ ਪੂਰਾ ਕਰ ਲਿਆ ਹੈ ਅਤੇ ਅਗਲੇ ਲੈਕਚਰ ਵਿੱਚ ਅਸੀਂ ਬਾਕੀ ਮਕੈਨੀਕਲ ਮੇਟਸ ਬਾਰੇ ਦੱਸਾਂਗੇ ਕਿ ਸਾਡੇ ਬਚੇ ਹਨ ਅਸੀਂ ਪਹਿਲਾਂ ਹੀ ਇਸ ਸਕਰੂ ਮੇਟ ਅਤੇ ਇਸ ਹਿੰਜ ਮੇਟ ਨੂੰ ਮਕੈਨੀਕਲ ਤੋਂ ਕਵਰ ਕਰ ਚੁੱਕੇ ਹਾਂ ਇਸ ਲਈ ਹੁਣ ਅਸੀਂ ਇਸ ਐਡਵਾਂਸਡ ਮੇਟਸ ਨੂੰ ਪੂਰਾ ਕਰ ਲਿਆ ਹੈ ਅਗਲੇ ਲੈਕਚਰ ਵਿੱਚ ਇਹਨਾਂ ਮਕੈਨੀਕਲ ਮੇਟਸ ਨੂੰ ਸਿਖਾਾਂਗੇ ਜੋ ਕਿ ਕੈਮ ਸਲਾਟ ਹਿੰਜ ਗੀਅਰ ਰੈਕ ਪਿਨੀਅਨ ਸਕਰੂ ਅਤੇ ਵੀਲ ਹਨ ਜੋ ਸਾਡੇ ਕੋਲ ਪਹਿਲਾਂ ਹੀ ਹਨ ਇਸ ਲਈ ਹੁਣ ਅਸੀਂ ਇਸ ਸੋਲਿਡ ਵਰਕਸ ਵਿੱਚ ਉਪਲਬਧ ਇਸ ਐਡਵਾਂਸਡ ਮੇਟਸ ਨੂੰ ਪੂਰਾ ਕਰ ਲਿਆ ਹੈ ਅਸੀਂ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਕਵਰ ਕੀਤਾ ਹੈ ਪ੍ਰੋਫਾਈਲ ਸੈਂਟਰ ਸਿਮੈਟ੍ਰਿਕ ਵਿਡਤਪਾਥ ਮੇਟ ਲੀਨੀਅਰ ਕਪਲਰ ਡਿਸਟੈਂਸ ਲਿਮਿਟ ਅਤੇ ਐਂਗਲ ਲਿਮਿਟਸ ਅਗਲੇ ਲੈਕਚਰ ਵਿੱਚ ਅਸੀਂ ਮਕੈਨੀਕਲ ਮੇਟਸ ਬਾਰੇ ਸਿੱਖਦੇ ਹਾਂ ਧੰਨਵਾਦ